ਐ ਜੀ ਇਥੇ ਕਸਟਮਰ ਨੂੰ ਸਮਾਨ ਦੇਣਾ ਹੈ ਤੇ ਵੇਂਦੇ ਪੇ ਕਿਸ ਤਰੀਕੇ ਨਾਲ ਐਂਟਰੀ ਦੇਣਾ ਫੁੱਲ ਬੂਟੇ ਲਾਏ ਨੇ ਤੇ ਦੂਸਰੇ ਫੁੱਲ ਬੂਟੇ ਜਿਹੜੇ ਲੱਗੇ ਨੇ ਲੱਗੇ ਨੇ ਸਮਝ ਲੱਗਦੀ ਏ ਵੀ ਇੱਥੇ ਵੇਖੋ ਪਦੀਨਾ ਵੀ ਨਾ ਲਾਏ ਆ। ਕੀ ਬਾਤ ਹੈ ਪਦੀਨਾ ਛੇਤੀ ਕੀ ਲੱਭ ਨਹੀਂ ਲੱਭਦੀ ਨਹੀਂ ਇੱਥੇ ਸਬਦੀਆਂ ਦੇ ਵਿੱਚ ਤੇ ਇੱਥੇ ਨਾ ਗੇੜ ਦੇ ਉੱਤੇ ਲਾਏ ਆ। ਵਾਹ। ਐ ਜੀ ਇੱਥੇ ਨਾ ਮਕਾਮੀ ਲੋਕਾਂ ਦੇ ਵੇਂਦੇ ਪੇ ਘਾਰ ਨੇ ਤੇ ਐ ਜਨਾਬ ਇੱਕ ਡਰਾਈਵਰ ਦਾ ਕਮਰਾ ਜਿਹੜਾ ਛੋਟਾ ਜਿਹਾ ਹੈ ਤੇ ਕਮਰੇ ਤੋਂ ਨਜ਼ਰ ਆਉਂਦਾ ਨਾ ਛੋਟਾ ਜਿਹਾ ਦਰਵਾਜ਼ਾ। ਖਜੂਰ ਦੇ ਦਰਖਤ ਦੇ ਬਾਰੇ ਦੇ ਨਾਲ ਇਹ ਕਿਸੇ ਡਰਾਈਵਰ ਦਾ ਯਾਰੀ ਗੱਲ ਹੈ ਹਾਊਸ ਡਰਾਈਵਰ ਇਹਨੇ ਰੱਖੇ ਹੁੰਦੇ ਨੇ ਆਮੰਨ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਕਮਰੇ ਦਿੱਤੇ ਹੁੰਦੇ ਨੇ ਅੱਛਾ ਜੀ ਖੁਬਰ ਤੇ ਆਪਣਾ ਤਕਬਾ ਤੇ ਇਧਰ ਸਾਰਾ ਫਰੀਏ ਪੁਰੀਏ ਨਾ ਤੇ ਸਾਰੇ ਦੇ ਸਾਰੇ ਜਿਹੜੇ ਕਾਰ ਨੇ ਨਾ ਤੇ ਉਹ ਥੱਲੇ ਜ਼ਮੀਨ ਦੀ ਸਤ੍ਹਾ ਦੇ ਨਾਲ ਹੀ ਜੁ ਹੁੰਦੇ ਨੇ ਪਰ ਇੱਥੇ ਆਵੇ ਦੇ ਜਿਵੇਂ ਪਾਕਿਸਤਾਨ ਭਰਤੀਪਾਗ ਜੀ ਬਣਾਉਂਦੇ ਨੇ ਮਕਾਨ ਇਸੇ ਤਰ੍ਹਾਂ ਹੀ ਨੇ ਭਰਤੀਪਾਗ ਮਕਾਨ ਬਣਾਏ ਨੇ ਐ ਸਿਹਾਦ ਦੇ ਵਿੱਚ ਪਈ ਇਸ ਤਰ੍ਹਾਂ ਮੈਂ ਹੋਰ ਵੀ ਕਾਰ ਵੇਖੇ ਨੇ ਇੱਥੇ ਹੋਰ ਇਹ ਨਾਲ ਇਹਦਾ ਗਰਾਜ ਬਣਿਆ ਹੈ ਹੈ ਜੀ ਇਹ ਨਾ ਆਂਦਿਆਂ ਜਾਂਦੇ ਆ ਲੋਕਾਂ ਵਾਸਤੇ ਫੀਸ ਬਿੱਲ ਨਾਲ ਜਿਹੜਾ ਨਾ ਕੂਲਰ ਲਾਏ ਆ ਜਨਾਬ ਵੇਂਦੇ ਪਾਣੀ ਵਾਲਾ ਕੂਲਰ ਲੱਗੇ ਆ ਉੱਤੇ ਟੈਂਕੀ ਲੱਗੀ ਹੈ ਪਾਣੀ ਵਾਲੀ ਤੇ ਪਾਣੀ ਭਰ ਛੜਦੇ ਤੇ ਲੋਕੀ ਆਪਣਾ ਮੋਲ ਦਾ ਪਾਣੀ ਹੁੰਦਾ ਹੈ ਲੇਕਿਨ ਫੀਸ ਬਿੱਲ ਮਾਸ਼ਾਅੱਲਾ ਬੜੀ ਨੇਕੀ ਹੁੰਦੀ ਹੈ ਤੇ ਪਾਣੀ ਦਾ ਤੇ ਕਿੱਦਰਾ ਪਿਆਰਾ ਘਾਰ ਹੈ ਨਾ ਤਾਂ ਕਿੱਦੇ ਤਰੀਕੇ ਨਾਲ ਸਜਾਇਆ ਹੈ ਨਾ ਮਾਸ਼ਾਅੱਲਾ ਵੇਖਿਓ ਕਿਸ ਤਰੀਕੇ ਨਾਲ ਬੂਟੇ ਛੋਟੇ ਲਾਏ ਆ ਜਿਵੇਂ ਨਰਸਰੀ ਜਿਸਾਬ ਦੀ ਹੈ ਤੇ ਘਾਰ ਹੀ ਹੈ ਪਾਏ ਜਿਵੇਂ ਲੱਗਦਾ ਜਿਵੇਂ ਨਰਸਰੀ ਤਰ੍ਹਾਂ ਸਜਾਇਆ ਹੈ ਬੜਾ ਪਿਆਰਾ ਲੱਗਦਾ ਪਿਆ ਮਾਸ਼ਾਅੱਲਾ ਇਨਾ ਜਿੱਦੜੋ ਇਧਰ ਵਹਾਇਆ ਮੱਥਾ ਇੰਨਾ ਹੀ ਚਮਾਂ ਪਾਸੋਂ ਤੇ ਇਨੇ ਇਸੇ ਤਰ੍ਹਾਂ ਮੱਥਾ ਐ ਜੀ ਸਿਹادت ਦੀ ਮੇਨ ਪਾਰਕ 'ਇੱਥੇ ਲੋਕ ਕਾਫੀ ਤਦਾਦ 'ਚ ਆਉਂਦੇ ਨੇ ਆਪਣੇ ਬੱਚਿਆਂ ਨਾਲ ਸੈਰੋ ਟਫਰੀ ਕਰਨ ਵਾਸਤੇ ਬੱਚਿਆਂ ਨਾਲ ਖੇਡਣ ਕੋਡਣ ਵਾਸਤੇ ਹੋਰ ਐ ਵਿੱਚ ਇੱਕ ਚਾਹ ਦੀ ਦੁਕਾਨ ਬਣੀ ਐ ਬਾਕੀ ਪਾਰਕ ਤੇ ਜਿਵੇਂ ਵੀ ਬਣੀ ਹੈ ਬਣੀ ਹੈ ਵੇਲੇ ਬਰਮੀਲ ਜਿਹੜਾ ਹੈ ਕਚਰੇ ਵਾਲਾ ਉਹਨੂੰ ਵੀ ਇਹਨਾਂ ਰੰਗ ਕੇ ਤੇ ਪ੍ਰਿੰਟ ਕੀਤੇ ਆ ਪਾਰਕ ਵਾਲਾ ਤੇ ਔਰ ਜੀ ਇਹ ਜਨਾਬ ਗੇਟ ਹੈ ਪਾਰਕ ਦਾ ਇੱਥੋਂ ਜੀ ਦਾਖਲ ਹੁੰਦੇ ਨੇ ਇਧਰ ਨਾਲ ਸ਼ਾਦੀ ਦੁਕਾਨ ਬਣੀ ਹੈ ਵਾਸ਼ਰੂਮ ਨੇ ਇਹਦੇ ਚੂਲੇ-ਚੂਲੇ ਲੱਗੇ ਨੇ ਅੱਗੇ ਨਜ਼ਰ ਤੋਂ ਨਵਾ ਰਹੇ ਹੋਣਦੇ ਸ਼ਾਇਦ ਠੀਕ ਹੈ ਉਮੀਦ ਤਾਂ ਨਜ਼ਰ ਆਂਦੇ ਹੁੰਦੇ ਵਿੱਚ ਵਾਵਾ ਕਾਫੀ ਐਂਟਰਟੇਨਮੈਂਟ ਵੀ ਬਣਾਈ ਹੈ ਵਾਸ਼ਰੂਮ ਬਣਾਏ ਨੇ ਬਿਹਤਰੀਨ ਨਿਜ਼ਾਮ ਹੈ ਮਾਸ਼ੱਲਾ ਇਹ ਜੀ ਇਹਨਾਂ ਇਸ਼ਾਰੇ ਦੇ ਵਿੱਚ ਇੱਕ ਕਸ਼ਤੀ ਇਕ ਲਾਈ ਹੈ ਇਹ ਮਤਲਬ ਕਿ ਸ਼ੋਪੀਸ ਤਰ੍ਹਾਂ ਹੀ ਲਾਈ ਹੈ ਬੜੀ ਪੁਰਾਣੀ ਜੀ ਕਸ਼ਤੀ ਹੈ ਐ ਜੀ ਜਿਵੇਂ ਪਾਕਿਸਤਾਨ ਨਹੀਂ ਹੁੰਦਾ ਹਾਂ ਬਾਜ਼ਾਰਾਂ ਦੇ ਵਿੱਚ ਅੱਗੇ ਪਿਛੇ ਲਾ ਲੀਂਦੇ ਨੇ ਇਹਨਾਂ ਵੀ ਐਵੇਂ ਲੱਭੇ ਇਹ ਕੱਚੇ ਦੇ ਉੱਤੇ ਓਪਨ ਮਾਰਕੀਟ ਲਾਈ ਏ ਸਬਜ਼ੀ ਫਰੂਟ ਇਹ ਉਹ ਸਾਰਾ ਕੁਝ ਰੱਖਿਆ ਹੈ ਨਾ ਤੇ ਇਸੇ ਤਰ੍ਹਾਂ ਜਨਾਬ ਮੰਡੀ ਚੌਕ ਇੱਥੇ ਧਰ ਕੇ ਵੇਚ-ਵੇਚ ਕੇ ਤੇ ਇਹ ਜਨਾਬ ਦੁਕਾਨਾ ਬਣਾ ਲੈਂਦੇ ਨੇ ਔਰ ਇਹ ਬੜਾ ਸੋਹਣਾ ਕੰਮ ਹੈ ਮਾਸ਼ਾਅੱਲਾ ਬੜੀ ਅੱਛੀ ਪ੍ਰੋਫਿਟ ਮਾਰਜਿਨ ਲੱਭ ਜਾਂਦਾ ਛੋਟ ਥੋੜੇ ਜੇ ਪੈਸਿਆਂ ਦਾ ਸ਼ੁਰੂ ਕਰ ਲੈਂਦੇ ਨੇ ਜੀ ਤੇ ਵਾਹ ਵਾਹ ਮਾਸ਼ਾਅੱਲਾ ਰੌਣਕ ਬਣ ਜਾਂਦੀ ਹੈ ਬਾਦੋ ਐ ਜੀ ਵੇਂਦੇ ਹੋ ਭੀ ਜਨਾਬ ਇਹਨਾਂ ਨਿੰਬੂ ਵਾਲੇ ਬੂਟਾ ਤੇ ਇਹ ਨੀਬੂ ਦਾ ਬੋਟਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ 12-13 ਸਾਲਾਂ ਵਿੱਚ ਪਹਿਲੀ ਵਾਰੀ ਵੇਨਾ ਪੈ 사ਉਦੀ ਅਰਬ ਦੇ ਵਿੱਚ ਜੀ ਵੇਖੋ 사ਉਦੀਆਂ ਦੇ ਸ਼ੌਕ ਐ ਵੇਨੇ ਬਿ ਜਨਾਬ ਉਹਨਾਂ ਕਸ਼ਤੀ ਰੱਖੀ ਐ ਨਾਲ ਸਟੈਂਡ ਵੀ ਰੱਖੇ ਐ ਜਦੋਂ ਦਿਲ ਕਰਦਾ ਆਪਣਾ ਜਦੋਂ ਇਹਨਾਂ ਜਾਣਾ ਹੋਵੇ ਨਾਨ ਤੋਂ ਅੱਗੇ ਪਿੱਛੇ ਤੇ ਇਹਨਾਂ ਰੁਕਸੇ ਬਣਵਾਏ ਨੇ ਤੇ ਜਨਾਬ ਪਾਉਂਦੇ ਨੇ ਗੱਡੀ ਪਿੱਛੇ ਤੇ ਲੈ ਜਾਂਦੇ ਨੇ ਸਮੁੰਦਰ ਦੇ ਵਿੱਚ ਤੇ ਆਪੀ ਤੇ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰਦੇ ਨੇ ਨਾ ਔਰ ਇਹਦਾ ਇੱਕ ਬਕਾਇਦਾ ਲਾਇਸੈਂਸ ਹੁੰਦਾ ਹੈ ਲਾਇਸੈਂਸ ਵੀ ਨਾ ਬਣਵਾਏ ਹੁੰਦੇ ਨੇ ਐਵੇਂ ਨਹੀਂ ਕਿ ਵਾਈ ਜਿੱਦਾਂ ਲਲਕਾ ਚੁੱਕ ਲੈ ਗਏ ਪਰ ਇਹਨਾਂ ਲਾਇਸੈਂਸ ਵੀ ਬਣਵਾਏ ਨੇ ਸ਼ੌਕ ਦਾ ਮੁੱਲ ਕੋ ਨਹੀਂ ਅੱਛਾ ਜੀ ਇੱਥੇ ਸਿਹਤ ਚੋਸ਼ ਸ਼ਮਾਂ ਵੇਖਣ ਨੂੰ ਨਜ਼ਰ ਆਉਂਦੀਆਂ ਨੇ ਭਈਆਂ ਜਿਹੜੇ ਸ਼ਾਇਦ ਮੈਂ ਸਾਰੇ 12 13 ਸਾਲਾਂ ਜੀ ਨਹੀਂ ਕਦੇ ਵੇਖੀਆਂ ਇਹ ਤੁਹਾਡੇ ਸਾਹਮਣੇ ਵੇਂਦੇ ਪਏ ਸ਼ਰੀਰ ਆ ਬੂਟਾ ਲੱਗੇ ਆ ਤੇ ਸ਼ਰੀਰ ਆ ਬੂਟਾ ਮੈਂ ਅੱਜ 12 13 ਸਾਲ ਹੋ ਗਏ ਨੇ ਸੌਦੀਰਿਚ ਮੈਂ ਨਹੀਂ ਵੇਖਿਆ ਫਸਟ ਟਾਈਮ ਵੇਨਾ ਵਾ ਸ਼ਾਇਦ ਕਦੇ ਨੋਟਿਸ ਨਹੀਂ ਕੀਤਾ ਬਰਲਿਸ ਤੋਂ ਪਹਿਲਾਂ ਨਾ ਮੈਂ ਨਹੀਂ ਵੇਖਿਆ ਜਿਹੜੀ ਗੱਲ ਹੈ ਐ ਜੀ ਐਡਾ ਵਧੀਆ ਚੂਲਾ ਜਾਂ ਬਣਿਆ ਹੈ ਠੀਕ ਹੈ ਬੱਚਿਆਂ ਵਾਲਾ ਛੋਟੇ ਛੋਟੇ ਬੱਚਿਆਂ ਵਾਲਾ ਨਾ ਤੇ ਇਹ ਨਾ ਪਤਾ ਨਹੀਂ ਬਾਹਰ ਕਿਉਂ ਸਾਢੇ ਛੜੇ ਆ ਐਡਾ ਵਧੀਆ ਤੇ ਆ ਵੇ ਉਰੇ ਸ਼ਾਇਦ ਬੱਚੇ ਬਾਹਰ ਆ ਖੇਡਦੇ ਹੁੰਦੇ ਕੀ ਪਤਾ ਉਹਨਾਂ ਘਰੋਂ ਚੱਕ ਚੋਕੇ ਬਾਹਰ ਘੜ ਛੜੇ ਕਿਉਂਕਿ ਬਾਹਰ ਵੀ ਇਥੇ ਕਿਹੜੀ ਕੋ ਆਮ ਰਸਤੇ ਜ਼ਿਆਦਾ ਵੇ ਐ ਜੀ ਤੁਹਾਨੂੰ ਸਿਹਤ 사ウਦੀ ਅਰਬ ਦਾ ਰਿਵਿਊ ਪੇ ਕਰਵਾਉਣਾ ਵਾ ਸਾਰਾ ਸਾਰਾ ਇਹ ਸਾਰਿਆਂ ਦੇ ਸਾਰੇ ਛੋਟੇ ਛੋਟੇ ਸ਼ੈਵਾਂ ਵਹਾਈਆਂ ਨੇ ਬਰੀਕੀ ਦੀ ਵਿੱਚ ਔਰ ਇਹ ਸਾਰਿਆਂ ਦੇ ਸਾਰੇ ਤੁਹਾਨੂੰ ਜਿਹੜਾ ਨੇ ਸਿਹਤ ਦੀ ਸੈਰ ਕਰਾਈਏ ਤੇ ਇਹ ਜਨਾਬ ਬੜਾ ਹੀ ਨਾ ਹਟ ਕੇ ਥੋੜਾ ਜਿਹਾ ਏਰੀਆ ਵੇ ਅਗਰ ਤੁਸੀਂ ਦਮਾਮ ਨਾਲ ਕੰਪੇਅਰ ਕੀਤਾ ਜਾਵੇ ਜਾਂ ਖੁਬਰ ਨਾਲ ਕੰਪੇਅਰ ਕੀਤਾ ਜਾਵੇ ਤੇ ਉਹਦੇ ਤਰ੍ਹਾਂ ਨਹੀਂ ਤੁਸੀਂ ਵੇਖ ਰਹੇ ਹੋ ਇੱਥੇ ਜਿਹੜਾ ਨਾ ਮੁਖਤਰੀਫ ਹੀ ਡਿਜ਼ਾਈਨ ਹੈ ਬਾਹਰਲ ਇਹ ਜਨਾਬ ਅੱਜ ਦਾ ਹਾਲ ਹਵਾਲ ਸੀ ਉਮੀਦ ਹੈ ਤੁਹਾਨੂੰ ਮੇਰੀ ਕੋਸ਼ਿਸ਼ ਛੋਟੀ ਜੀ ਪਸੰਦ ਆਈ ਹੋਵੇ ਦੀ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੀ ਦੁਆਵਾਂ ਵਿੱਚ ਆਪਣੇ ਭਰਾ ਨੂੰ ਯਾਦ ਰੱਖਿਆ ਜੇ ਅੱਲਾ ਹਾਫਿਜ਼